ਮੈਨੂੰ ਤਾਂ ਬਚਪਨ ਤੋਂ ਹੀ ਸ਼ੌਂਕ ਸੀਗਾ, ਮੈਂ ਗਾਉਂਦੀ ਰਹਿੰਦੀ ਸੀ। ਆਪਣੇ ਸਕੂਲ 'ਚ ਵੀ ਮਿਊਜ਼ਿਕ ਸਬਜੈਕਟ ਸੀਗਾ ਅਤੇ ਫਿਰ ਉੱਥੋਂ ਮੈਂ ਗਾਉਣ ਲੱਗ ਗਈ। ਸਕੂਲ 'ਚ ਫੰਕਸ਼ਨਸ ਵਗੈਰਾ ਵੀ ਹੁੰਦੇ ਸੀ, ਮੈਂ ਉਹਨਾਂ ਵਿੱਚ ਵੀ ਪਾਰਟ ਲੈਂਦੀ ਸੀ। ਤੇਰੇ ਨਾਲ ਨਾਲ ਰਹਿ ਕੇ ਤੇਰੇ ਕੋਲ ਕੋਲ ਬਹਿ ਕੇ ਗੱਲਾਂ ਬਦਲ ਗਈਆਂ ਨੇ ਸਭ ਮੇਰੀਆਂ। ਸ਼ੀਸ਼ਾ ਹੋ ਸ਼ੀਸ਼ਾ, ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ। ਹਾਏ ਸ਼ੀਸ਼ਾ ਬਣ ਗਈਆਂ ਨੇ ਮੇਰਾ ਅੱਖਾਂ ਤੇਰੀਆਂ। ਮੈਂ ਪ੍ਰੀਮੈਚਿਓਰ ਹੋਈ ਸੀ ਅਤੇ ਜਿਸ ਕਾਰਨ ਮੈਂ ਵੀਕ ਸੀ ਕਾਫੀ, ਅਤੇ ਫਿਰ ਮੈਨੂੰ ਡਾਕਟਰ ਨੇ ਕਿਹਾ ਵੀ ਇਹਦੀ ਆਈਸ ਦਾ ਓਪਰੇਸ਼ਨ ਹੋਏਗਾ। ਅਤੇ ਓਪਰੇਸ਼ਨ ਕਰਨ ਲਈ ਇਹਨਾਂ ਨੇ ਮਤਲਬ ਗਲਤੀ ਨਾਲ ਕਹਿਤਾ ਵੀ ਓਪਰੇਸ਼ਨ ਤਾਂ ਹੋਇਆ ਮੇਰਾ, ਪਰ ਇਹਨਾਂ ਨੇ ਕਿਹਾ ਵੀ ਤੁਹਾਡੀ ਆਈ ਸਾਈਟ ਚਲੀ ਗਈ ਹੈ। ਘਰਦਿਆਂ ਨੂੰ ਬਹੁਤ ਪ੍ਰਾਊਡ ਆ, ਬਟ ਪਹਿਲਾਂ ਉਹਨੂੰ ਲੱਗਿਆ ਸੀਗਾ ਵੀ ਨਹੀਂ ਸ਼ਾਇਦ, ਕਈ ਵਾਰ ਹੁੰਦਾ ਨਾ ਪੇਰੈਂਟਸ ਯਕੀਨ ਨਹੀਂ ਕਰਦੇ ਬੱਚੇ 'ਤੇ, ਤਾਂ ਉਹਨੂੰ ਲੱਗਦਾ ਵੀ ਨਹੀਂ। ਲੇਕਿਨ ਫਿਰ ਜਦੋਂ ਉਹਨਾਂ ਨੇ ਮੇਰੇ ਵੀਡੀਓਜ਼ ਕੁਛ ਦੇਖੀਆਂ ਸੀਗੀਆਂ ਜਾਂ ਮੈਨੂੰ ਘਰ ਐਕਟੀਵਿਟੀਜ਼ ਕਰਦੇ ਨੂੰ ਦੇਖਦੇ ਸੀਗੇ, ਫਿਰ ਉਹਨਾਂ ਨੂੰ ਲੱਗਿਆ ਵੀ ਹਾਂ ਇਹ ਕਰ ਸਕਦੀ ਆ। ਬਹੁਤ ਜ਼ਿਆਦਾ ਮੇਨ ਮਤਲਬ ਬਹੁਤ ਹੌਸਲਾ ਉਹਨਾਂ ਤੋਂ ਮੈਨੂੰ ਮਿਲਿਆ ਸੀਗਾ। ਜਿਹੜੇ ਕੋਈ ਵੀ ਡਿਸੇਬਲ ਹੁੰਦੇ ਆ, ਹੁਣ ਅਸੀਂ ਡਿਸੇਬਿਲਿਟੀ ਆਪਣੀ ਮਰਜ਼ੀ ਨਾਲ ਥੋੜ੍ਹੀ ਲਈ ਹੈ, ਹੈ ਨਾ, ਅਤੇ ਸੱਚੀ ਅਤੇ ਮਤਲਬ ਕੁਛ ਲੋਕ ਸਾਨੂੰ ਦੇਖ ਕੇ ਐਂ ਰਿਐਕਟ ਕਰਦੇ ਜਿਵੇਂ ਪਤਾ ਨਹੀਂ ਉਹਨਾਂ ਨੇ ਕੀ ਦੇਖ ਲਿਆ ਹੁੰਦਾ ਵੀ ਬਈ ਅਸੀਂ ਵੀ ਇਨਸਾਨ ਹੈ, ਹੈ ਨਾ। ਅਤੇ ਅਸੀਂ ਇਹੀ ਕਹਾਂਗੇ ਵੀ ਪਲੀਜ਼ ਐਂ ਨਾ ਕਰਿਆ ਕਰੋ ਵੀ, ਜਾਂ ਅਸੀਂ ਕਹਿੰਦੇ ਵੀ ਇਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਕਿਸੇ ਦੇ ਕਦੇ ਵੀ ਕੁਛ ਵੀ ਹੋ ਸਕਦਾ। ਉੱਥੇ ਉਹਨਾਂ ਨੇ ਮੈਨੂੰ ਰੇਸਿਸ ਕਰਨ ਨੂੰ ਕਿਹਾ ਅਤੇ ਉਸ ਟਾਈਮ ਮੈਨੂੰ ਲੱਗਿਆ ਕਿ ਮੈਂ ਰੇਸ ਸ਼ਾਇਦ ਨਹੀਂ ਕਰ ਪਾਊਂਗੀ ਇੰਨੀ, ਕਿਉਂਕਿ ਫਸਟ ਟਾਈਮ ਸੀ ਮੇਰਾ। ਸੋ ਫਿਰ ਉਸ ਤੋਂ ਬਾਅਦ ਪ੍ਰੈਕਟਿਸ ਵਗੈਰਾ ਸਕੂਲ ਵਾਲੇ ਕਰਾਉਂਦੇ ਰਹੇ ਸਾਡੀ, ਅਤੇ ਫਿਰ ਮੈਂ ਉੱਥੇ ਪਾਰਟੀਸਪੇਟ ਕੀਤਾ ਸੀਗਾ। ਆਈ ਥਿੰਕ ਸ਼ਾਇਦ 200 ਮੀਟਰ ਰੇਸ ਸੀ ਐਂਡ 100 ਮੀਟਰ ਰੇਸ ਸੀ ਅਤੇ ਸ਼ਾਰਟ ਫੁੱਟ ਸੀ ਫਸਟ ਟਾਈਮ। ਹਾਂਜੀ, ਉਸ ਟਾਈਮ ਮੇਰਾ 200 ਮੀਟਰ 'ਚੋਂ ਵੀ ਬਰਾਊਨ ਹੀ ਆਏ ਸੀ ਆਈ ਥਿੰਕ। ਫਿਰ 2012 ਦੇ ਵਿੱਚ ਨੈਸ਼ਨਲ ਸਪੋਰਟਸ ਹੋਈਆਂ ਸੀ ਦਿੱਲੀ, ਅਤੇ ਉੱਥੇ ਮੈਂ 800 ਮੀਟਰ ਰੇਸ ਕੀਤੀ ਸੀ ਐਂਡ 400 ਮੀਟਰ ਰੇਸ ਕੀਤੀ ਸੀ ਅਤੇ ਸ਼ਾਰਟ ਫੁੱਟ ਕੀਤਾ ਸੀ। ਸਾਨੂੰ ਇੱਕ ਰਨਰ ਦਿੱਤਾ ਜਾਂਦਾ ਸੀਗਾ ਜੋ ਸਾਡੀ ਰਨਿੰਗ ਦੇ ਮੁਤਾਬਿਕ ਦਿੱਤਾ ਜਾਂਦਾ ਸੀਗਾ ਕਿ ਉਹ ਮਤਲਬ ਬੱਚੇ ਨੂੰ ਖਿੱਚੇ ਨਾ ਜ਼ਿਆਦਾ, ਸੋ ਉਹਦਾ ਹੱਥ ਫੜਿਆ ਹੁੰਦਾ ਸੀਗਾ ਸਾਡੇ ਨਾਲ, ਤਾਂ ਮਤਲਬ ਉਹ ਸਾਨੂੰ ਭਜਾਉਂਦਾ ਹੁੰਦਾ ਸੀਗਾ ਅਤੇ ਇਸ ਕਰਕੇ ਨਹੀਂ ਲਾਈਨ ਦਾ ਇੰਨਾ ਡਰ ਹੁੰਦਾ ਸੀ ਸਾਨੂੰ। ਜੀ ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼, ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਦੋਸਤੋ, ਅੱਜ ਮੈਂ ਭਾਰਤ ਨਗਰ ਦੇ ਵਿੱਚ ਇੱਕ ਸਕੂਲ ਹੈ ਜਿਹੜਾ ਸਰਕਾਰੀ ਸਕੂਲ ਕੁੜੀਆਂ ਦਾ, ਉੱਥੇ ਮੌਜੂਦ ਹੈ ਲੁਧਿਆਣੇ ਦੇ ਵਿੱਚ, ਅਤੇ ਇੱਥੇ ਨਾ ਦੋ ਕੁੜੀਆਂ ਨੇ ਜੋ ਕਿ ਦੇਖ ਨਹੀਂ ਸਕਦੀਆਂ, ਪਰ ਕਹਿੰਦੇ ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ, ਰੱਬ ਰੱਖ ਦਿੰਦਾ, ਪਰ ਜੇ ਇਹਨਾਂ 'ਚ ਆਹ ਕਮੀ ਹੈ ਤਾਂ ਮੈਂ ਕਹਾਂਗੀ ਪਰ ਹੋਰ ਬਹੁਤ ਜ਼ਿਆਦਾ ਟੈਲੈਂਟ ਨੇ। ਇੱਕ ਗੋਲਡ ਮੈਡਲਿਸਟ ਅਤੇ ਇੱਕ ਬਹੁਤ ਸੋਹਣਾ ਗਾਉਂਦੀ ਆ, ਇੱਕ ਦਾ ਨਾਮ ਹੈ ਨਾਜ਼ੀਆ ਅਤੇ ਇੱਕ ਹੈ ਜੀਆ। ਬਹੁਤ ਪਿਆਰੇ ਨਾਮ ਨੇ, ਪਹਿਲਾਂ ਤਾਂ ਦੋਹਾਂ ਦੇ ਮੁਲਾਕਾਤ ਕਰਾਊਂਗੀ ਤੁਹਾਡੀ ਉਹਨਾਂ ਦੋਨਾਂ ਨਾਲ। ਬਹੁਤ ਪਿਆਰੀਆਂ ਨੇ, ਜਦੋਂ ਫੋਨ 'ਤੇ ਵੀ ਗੱਲਬਾਤ ਕੀਤੀ ਨਾ ਤਾਂ ਬਹੁਤ ਚੰਗੀ ਤਰ੍ਹਾਂ ਗੱਲਾਂ ਕਰਦੀਆਂ ਨੇ, ਕੋਈ ਗੱਲ ਨਹੀਂ ਦੀਦੀ ਕੋਈ ਗੱਲ ਨਹੀਂ ਇਹ, ਮਤਲਬ ਹਰ ਤਰ੍ਹਾਂ ਦੀਆਂ ਨਾ ਮੈਂ ਕਹਿੰਦੀ ਕੋਆਪਰੇਸ਼ਨ ਇਹਨਾਂ ਦੇ ਵਿੱਚ ਹੈਗੀ ਆ। ਅਤੇ ਆਪਾਂ ਅਕਸਰ ਦੇਖਦੇ ਹਾਂ, ਮੈਂ ਜਿੰਨਾ ਵੀ ਮੈਂ ਕਹਾਂਗੀ ਜਿਹੜੇ ਬਲਾਈਂਡ ਹੁੰਦੇ ਨੇ ਨਾ, ਮੈਂ ਜਿੰਨਿਆਂ ਨੂੰ ਵੀ ਮਿਲੀ ਹਾਂ ਬਹੁਤ ਖੁੱਲ੍ਹ ਕੇ ਗੱਲ ਕਰਦੇ, ਕਿਉਂਕਿ ਉਹਨਾਂ ਨੂੰ ਇੱਕ ਨਾ ਦਿਖਾਵਾ ਨਹੀਂ ਕਰਨਾ ਆਉਂਦਾ ਕਹਿ ਸਕਦੇ ਹਾਂ, ਦਿਲੋਂ ਹੀ ਗੱਲਬਾਤ ਕਰਦੇ ਨੇ ਕਿਵੇਂ ਰਹਿਣਾ ਕਿਵੇਂ, ਜੋ ਆ ਮੰਮੂ 'ਤੇ ਕਹਿ ਦੇਣਾ ਆਰਾਮ ਨਾਲ ਚਾਹੇ ਜਿਵੇਂ ਮਰਜ਼ੀ ਲੱਗੇ, ਕਿਉਂਕਿ ਉਹਨਾਂ ਨੇ ਕਦੀ ਦੇਖਿਆ ਨਹੀਂ ਬਾਹਰਲਾ ਕੀ ਹਿਸਾਬ ਕਿਤਾਬ ਆ। ਫਿਰ ਵੀ ਪੂਰੀਆਂ ਗੱਲਾਂ ਕਰਾਂਗੇ ਕਿੱਥੇ ਕਮੀ ਰਹਿ ਗਈ ਜਾਂ ਕਿਵੇਂ ਤੋਂ ਸ਼ੁਰੂਆਤ ਤੋਂ ਐਵੇਂ ਨੇ ਕਿਵੇਂ ਨੇ, ਪਰ ਟੈਲੈਂਟ ਬਹੁਤ ਜ਼ਿਆਦਾ ਕੁੜੀਆਂ ਦੇ ਵਿੱਚ। ਮੁਲਾਕਾਤ ਕਰਦੇ ਹਾਂ, ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਅਸੀਂ ਠੀਕ ਹੈ, ਸਤਿ ਸ਼੍ਰੀ ਅਕਾਲ, ਤੁਸੀਂ ਸੁਣਾਓ? ਵਧੀਆ ਵਧੀਆ, ਤੁਸੀਂ ਦੱਸੋ ਨਾਜ਼ੀਆ? ਮੈਂ ਵੀ ਵਧੀਆ, ਤੁਸੀਂ? ਹਾਂਜੀ, ਤੁਸੀਂ ਸੁਣਾਓ? ਵਧੀਆ ਵਧੀਆ। ਦੇਖਿਆ ਤੁਸੀਂ ਆਵਾਜ਼ ਤੁਸੀਂ ਲਗਾ ਲਿਆ ਨੇ, ਕਿੰਨਾ ਸੌਫਟਲੀ ਬੋਲਦੀਆਂ ਨੇ। ਅੱਛਾ, ਮੈਂ ਕਹਾਂਗੀ ਜੀਆ ਤੁਸੀਂ ਗਾਉਂਦੇ ਹੋ, ਹੈ ਨਾ? ਹਾਂਜੀ। ਅਤੇ ਤੁਸੀਂ? ਮੈਂ ਐਥਲੀਟ ਕਰਦੀ ਹਾਂ, ਖੇਡਦੀ ਹਾਂ। ਤੁਸੀਂ ਖੇਡਦੇ ਹੋ? ਹਾਂਜੀ। ਅਤੇ ਨਾਜ਼ੀਆ, ਮਤਲਬ ਖੇਡਣਾ ਚਲੋ ਗਾਉਣਾ ਮੈਨੂੰ ਸਮਝ ਆਉਂਦਾ, ਪਰ ਖੇਡੇ ਕਿੱਦਾਂ ਕਿੱਦਾਂ ਸ਼ੁਰੂਆਤ ਹੋਈ ਜਾਂ ਕਿਵੇਂ ਮਤਲਬ ਲੱਗਿਆ ਕਿ, ਔਰ ਜਿੱਤੇ ਵੀ ਹੋ ਤੁਸੀਂ, ਹੈ ਨਾ, ਗੋਲਡ ਮੈਡਲਿਸਟ ਹੋ ਤੁਸੀਂ, ਬਹੁਤ ਸੋਹਣੀ ਚੀਜ਼ ਮੈਨੂੰ ਅੱਜ ਦੇਖਣ ਨੂੰ ਮਿਲੀ ਕਿ ਤਾਂ ਹੀ ਮੈਂ ਦਰਸ਼ਕੋ ਤੁਹਾਡੇ ਨਾਲ ਮੁਲਾਕਾਤ ਕਰਵਾਈ ਹੈ। ਅੱਛਾ ਨਾਜ਼ੀਆ, ਕਿਵੇਂ ਸਫ਼ਰ ਸ਼ੁਰੂ ਹੋਇਆ ਸੀ ਫਿਰ ਗੇਮ 'ਚ ਆਉਣ ਦਾ? ਦੀਦੀ, ਮੇਰਾ ਸਫ਼ਰ ਜਦੋਂ ਮਤਲਬ ਸਨ, ਮੈਨੂੰ ਸਕੂਲ ਦੇ ਬਾਰੇ ਪਤਾ ਲੱਗਿਆ ਸੀ 2008 ਦੇ ਵਿੱਚ,
ਸੋ ਮੈਂ ਸ਼ੁਰੂ ਤੋਂ ਹੀ ਕਾਫੀ ਤੇਜ਼ ਭੱਜ ਰਹੀ ਹੁੰਦੀ ਸੀਗੀ, ਮਤਲਬ ਵੈਸੇ ਤੁਰਨਾ ਜਿਵੇਂ ਐਕਟੀਵਿਟੀ ਕਾਫੀ ਸੀ, ਤੇ ਇਸ ਕਰਕੇ ਮਤਲਬ ਸਾਡੇ ਸਕੂਲ ਦੇ ਵਿੱਚ ਕੁਛ ਵੱਡੇ ਸੀਨੀਅਰ ਬ੍ਰਦਰ ਸੀਗੇ, ਤੇ ਉਹਨਾਂ ਨੇ 2011 ਦੇ ਵਿੱਚ ਮੇਰਾ ਨਾਮ ਲਿਖਾਤਾ ਸੀ ਗੁਰੂ ਨਾਨਕ ਸਟੇਡੀਅਮ ਨਾਲ ਸਪੋਰਟਸ ਹੋਈਆਂ ਸੀ ਜਸਟ ਵੈਸੇ, ਤੇ ਉੱਥੇ ਉਹਨਾਂ ਨੇ ਮੈਨੂੰ ਰੇਸਿਸ ਕਰਨ ਨੂੰ ਕਿਹਾ, ਤੇ ਉਸ ਟਾਈਮ ਮੈਨੂੰ ਲੱਗਿਆ ਕਿ ਮੈਂ ਰੇਸ ਸ਼ਾਇਦ ਨਹੀਂ ਕਰ ਪਾਊਂਗੀ ਇੰਨੀ, ਕਿਉਂਕਿ ਫਸਟ ਟਾਈਮ ਸੀ ਮੇਰਾ। ਸੋ ਫਿਰ ਉਸ ਤੋਂ ਬਾਅਦ ਪ੍ਰੈਕਟਿਸ ਵਗੈਰਾ ਸਕੂਲ ਵਾਲੇ ਕਰਾਉਂਦੇ ਰਹੇ ਸਾਡੀ, ਅਤੇ ਫਿਰ ਮੈਂ ਉੱਥੇ ਪਾਰਟੀਸਪੇਟ ਕੀਤਾ ਸੀਗਾ। ਆਈ ਥਿੰਕ ਸ਼ਾਇਦ 200 ਮੀਟਰ ਰੇਸ ਸੀ ਐਂਡ 100 ਮੀਟਰ ਰੇਸ ਸੀ, ਅਤੇ ਸ਼ਾਰਟ ਫੁੱਟ ਸੀ ਫਸਟ ਟਾਈਮ। ਹਾਂਜੀ, ਉਸ ਟਾਈਮ ਮੇਰਾ 200 ਮੀਟਰ 'ਚੋਂ ਵੀ ਬਰਾਊਨ ਹੀ ਆਏ ਸੀ ਆਈ ਥਿੰਕ। 2011 ਦੇ ਵਿੱਚ ਸਾਰਿਆਂ 'ਚ ਮੇਰੇ ਬਰਾਊਨ ਹੀ ਆਏ ਸੀਗੇ। ਫਿਰ 2012 ਦੇ ਵਿੱਚ ਨੈਸ਼ਨਲ ਸਪੋਰਟਸ ਹੋਈਆਂ ਸੀ ਦਿੱਲੀ, ਅਤੇ ਉੱਥੇ ਮੈਂ 800 ਮੀਟਰ ਰੇਸ ਕੀਤੀ ਸੀ ਐਂਡ 400 ਮੀਟਰ ਰੇਸ ਕੀਤੀ ਸੀ, ਅਤੇ ਸ਼ਾਰਟ ਫੁੱਟ ਕੀਤਾ ਸੀ। ਅਤੇ ਦੀਦੀ ਮਤਲਬ ਬਹੁਤ ਦੂਰੋਂ ਦੂਰੋਂ ਟੀਮਸ ਆਉਂਦੀਆਂ ਸੀਗੀਆਂ, ਕਾਫੀ ਦੂਰੋਂ ਟੀਮਸ ਆਉਂਦੀਆਂ ਹੁੰਦੀਆਂ ਸੀਗੀਆਂ, ਅਤੇ ਕਾਫੀ ਟੀਮਸ ਨਾਲ ਸਾਡਾ ਮੁਕਾਬਲਾ ਹੁੰਦਾ ਸੀ। ਡਰ ਵੀ ਲੱਗਦਾ ਸੀਗਾ ਕਿ ਕਿਵੇਂ ਕਰੂੰਗੀ ਮੈਂ? ਲੱਗਦਾ ਸੀ ਪਹਿਲਾਂ, ਅਤੇ ਉੱਥੇ ਇੱਕ ਜਦੋਂ ਬਲਾਈਂਡ ਨੂੰ ਗਾਈਡਨੈਂਸ ਦਿੱਤੀ ਜਾਂਦੀ ਆ, ਅਤੇ ਉਸ ਟਾਈਮ ਤਾਂ ਬਹੁਤ ਜ਼ਿਆਦਾ, ਜਿਸ ਟਾਈਮ ਅਸੀਂ ਟਰੈਕ 'ਤੇ ਆਉਂਦੇ ਸੀ ਬਹੁਤ ਜ਼ਿਆਦਾ ਦਿਲ ਡਰ ਜਾਂਦਾ ਸੀਗਾ ਵੀ ਕਿਵੇਂ ਭੱਜਾਂਗੇ, ਕਿਵੇਂ ਕਰਾਂਗੇ, ਪਤਾ ਨਹੀਂ ਹੋ ਪਾਊਗਾ ਜਾਂ ਨਹੀਂ। ਸੋ ਫਿਰ ਵੀ ਮਤਲਬ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਸੀਗਾ। ਦੇਖੋ ਨਾਜ਼ੀਆ, ਸਾਨੂੰ ਤਾਂ ਚਲੋ ਦਿਖਦਾ ਨਾ, ਸਾਨੂੰ ਪਤਾ ਕਿੱਦਾਂ ਕਿੱਧਰ ਉਹਨਾਂ ਨੇ ਨਿਸ਼ਾਨ ਲਾਇਆ, ਕਿੱਥੇ ਤੱਕ ਜਾਣਾ ਜਾਂ ਕਿਵੇਂ ਕਿਹੜੀ ਲਾਈਨ 'ਚ ਰਹਿ ਕੇ ਭੱਜਣਾ, ਹੈ ਨਾ? ਤਾਂ ਤੁਹਾਨੂੰ ਕਿਵੇਂ ਲੱਗਦਾ ਸੀਗਾ? ਐਂ ਨਹੀਂ ਲੱਗਦਾ ਸੀ ਕਿ ਗਲਤ ਜਾ ਰਹੇ ਹਾਂ, ਕੁਛ ਡਰ ਹੁੰਦਾ ਸੀ ਇੱਦਾਂ ਦਾ? ਨਹੀਂ, ਉਸ ਟਾਈਮ ਇਹ ਡਰ ਤਾਂ ਨਹੀਂ ਹੁੰਦਾ ਸੀ, ਕਿਉਂਕਿ ਸਾਨੂੰ ਇੱਕ ਰਨਰ ਦਿੱਤਾ ਜਾਂਦਾ ਸੀਗਾ ਜੋ ਸਾਡੀ ਰਨਿੰਗ ਦੇ ਮੁਤਾਬਿਕ ਦਿੱਤਾ ਜਾਂਦਾ ਸੀਗਾ ਕਿ ਉਹ ਮਤਲਬ ਬੱਚੇ ਨੂੰ ਖਿੱਚੇ ਨਾ ਜ਼ਿਆਦਾ। ਸੋ ਉਹਦਾ ਹੱਥ ਫੜਿਆ ਹੁੰਦਾ ਸੀਗਾ ਸਾਡੇ ਨਾਲ, ਤਾਂ ਮਤਲਬ ਉਹ ਸਾਨੂੰ ਭਜਾਉਂਦਾ ਹੁੰਦਾ ਸੀਗਾ, ਅਤੇ ਇਸ ਕਰਕੇ ਨਹੀਂ ਲਾਈਨ ਦਾ ਇੰਨਾ ਡਰ ਹੁੰਦਾ ਸੀ ਸਾਨੂੰ। ਅੱਛਾ, ਨਾਲ ਹੁੰਦਾ ਯਾਨੀ ਕੋਈ, ਹੈ ਨਾ? ਠੀਕ ਹੈ ਠੀਕ ਹੈ। ਅਤੇ ਹੁਣ ਜੇ ਗੱਲ ਕਰੀਏ ਜੀਆ ਦੀ, ਜੀਆ ਗਾਉਣ ਦਾ ਸ਼ੌਂਕ ਕਿੱਥੋਂ ਪਿਆ? ਪਹਿਲਾਂ ਦੱਸੋ ਤਾਂ ਉਹਨਾਂ ਦੀ ਉਮਰ ਕਿੰਨੀ ਹੈ? ਕਿੰਨੀ ਉਮਰ ਹੈ ਤੁਹਾਡੀ ਜੀਆ? ਮੈਂ 21 ਈਅਰਸ। 21? ਤੁਹਾਡੀ? ਦੀਦੀ ਮੇਰੀ 23। 23? ਹਾਂਜੀ। ਕੀ ਬਾਤ ਹੈ! ਤਾਂ ਦਰਸ਼ਕੋ, ਲੱਗਦੀਆਂ ਨਹੀਂ ਕਿ ਇੰਨੀ ਇੰਨੀ ਉਮਰ ਦੀ, ਮੈਨੂੰ ਤਾਂ ਲੱਗਦਾ ਸੀ ਚਲੋ 22 ਸਾਲ ਜਾਂ ਫਿਰ ਨਹੀਂ 19-22 ਸਾਲ ਬਸ। ਤੁਸੀਂ 23 ਸਾਲ ਦੇ ਹੋ ਨਾਜ਼ੀਆ, ਸੱਚੀ ਕਹਿ ਰਹੇ ਹੋ? ਹਾਂਜੀ ਦੀ। ਜੀਆ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਗਾਉਣ ਦਾ? ਦੀ ਮੈਨੂੰ ਤਾਂ ਬਚਪਨ ਤੋਂ ਹੀ ਸ਼ੌਂਕ ਸੀਗਾ, ਮੈਂ ਗਾਉਂਦੀ ਰਹਿੰਦੀ ਸੀ। ਆਪਣੇ ਸਕੂਲ 'ਚ ਵੀ ਮਿਊਜ਼ਿਕ ਸਬਜੈਕਟ ਸੀਗਾ, ਅਤੇ ਫਿਰ ਉੱਥੋਂ ਮੈਂ ਗਾਉਣ ਲੱਗ ਗਈ। ਸਕੂਲ 'ਚ ਫੰਕਸ਼ਨਸ ਵਗੈਰਾ ਵੀ ਹੁੰਦੇ ਸੀ, ਮੈਂ ਉਹਨਾਂ ਵਿੱਚ ਵੀ ਪਾਰਟ ਲੈਂਦੀ ਸੀ, ਅਤੇ ਫਿਰ ਇਸ ਲਈ ਮੇਰਾ ਸ਼ੌਂਕ ਵੀ ਵੱਧਦਾ ਗਿਆ ਅੱਗੇ ਅੱਗੇ। ਮੈਂ ਕਹਾਂ ਜੇ ਜਿੱਦਾਂ ਕਲਾਸਰੂਮ 'ਚ ਬੈਠੇ ਹੁੰਦੇ ਹੋ, ਹੈ ਨਾ, ਕਲਾਸ 'ਚ ਜਿਹੜੀਆਂ ਬਾਕੀ ਕੁੜੀਆਂ ਨੇ ਕਿੰਨੀਆਂ ਕੁ ਮਦਦ ਕਰਦੀਆਂ ਨੇ? ਕੁੜੀਆਂ ਲਈ ਕਾਲਜ ਇਕੱਲਾ ਇਹ, ਹੈ ਨਾ, ਅਤੇ ਕਿੰਨੀਆਂ ਕੁ ਮਦਦ ਕਰਦੀਆਂ ਨੇ ਤੁਹਾਡੀ ਦੋਨਾਂ ਦੀਆਂ ਗੱਲਬਾਤ? ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਦੋਨਾਂ 'ਚੋਂ ਕਿਸੇ ਨੂੰ? ਦੀ ਦੇਖੋ, ਜੇ ਅਸੀਂ ਕਾਲਜ ਦੀ ਗੱਲ ਕਰੀਏ, ਹਾਂ ਇਹ ਗੱਲ ਸਹੀ ਹੈ ਵੀ ਸਾਨੂੰ ਪਹਿਲੇ ਵਾਰ ਥੋੜ੍ਹਾ ਔਖਾ ਹੋਇਆ ਸੀਗਾ ਵੀ ਸਾਨੂੰ ਸੀ ਵੀ ਅਸੀਂ ਬਲਾਈਂਡ ਸਕੂਲ 'ਚੋਂ ਆਏ ਹਾਂ ਵੀ ਕਿਵੇਂ, ਕਿਉਂਕਿ ਬਲਾਈਂਡ ਸਕੂਲ 'ਚ ਤਾਂ ਰਹਿ ਕੇ ਸਾਰੇ ਬਲਾਈਂਡ ਨੇ, ਉੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਇੱਥੇ ਅਸੀਂ ਆਏ ਹਾਂ, ਇੱਥੇ ਨੋਰਮਲ ਨਾਲ ਸਟੱਡੀ ਕਰਨੀ ਹੈ, ਬਹੁਤ ਫਰਕ ਪੈਂਦਾ ਹੈ। ਅਤੇ ਪਹਿਲਾਂ ਸਾਨੂੰ ਸੀਗਾ ਵੀ ਪਤਾ ਨਹੀਂ ਅਸੀਂ ਕਿਵੇਂ ਕਰਾਂਗੇ, ਕਿਵੇਂ ਰਵਾਂਗੇ, ਫਿਰ ਹੌਲੀ ਹੌਲੀ ਸਾਡੀ ਫਰੈਂਡਸ ਬਣੀਆਂ ਅਤੇ ਉਹ ਸਾਡੇ ਨਾਲ ਕੋਆਪਰੇਟ ਕਰਨ ਲੱਗ ਗਈਆਂ। ਹੁਣ ਜਿਹੜੀ ਫਰੈਂਡ ਹੈ ਮੇਰੇ ਨਾਲ ਉਰੇ ਵੀ ਆ, ਇੱਕ ਜਸਲੀਨ, ਗੁਰਸ਼ਰਨ ਕੌਰ ਅਤੇ ਇੱਕ ਮਨਪ੍ਰੀਤ ਆ, ਇਹ ਹੁਣ ਸਾਡੇ ਨਾਲ ਬਹੁਤ ਅੱਛੀ ਤਰ੍ਹਾਂ ਕੋਆਪਰੇਟ ਕਰਦੀਆਂ ਨੇ, ਸਾਨੂੰ ਬਿਲਕੁਲ ਫੀਲ ਨਹੀਂ ਹੋਣ ਦਿੰਦੀਆਂ ਵੀ ਅਸੀਂ ਬਲਾਈਂਡ ਹਾਂ। ਇਹ ਕਹਿੰਦੀਆਂ ਨੇ ਵੀ ਤੁਸੀਂ ਕਿਉਂ ਫੀਲ ਕਰਦੇ ਹੋ ਜਦ ਅਸੀਂ ਤੁਹਾਡੇ ਨਾਲ ਹੈਗੇ ਹਾਂ, ਅਤੇ ਇਸ ਲਈ ਸਾਨੂੰ ਫੀਲ ਬਿਲਕੁਲ ਨਹੀਂ ਹੁੰਦਾ। ਹਾਂ, ਉਹ ਕੁਛ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੁੰਦੀ ਜਾਂ ਕਿਉਂਕਿ ਪਤਾ ਨਹੀਂ ਹੁੰਦਾ ਇਸ ਚੀਜ਼ ਬਾਰੇ, ਅਤੇ ਉਹ ਕੁਛ ਕੜਵਾ ਕਹਿ ਜਾਂਦੀਆਂ ਨੇ, ਬੁਰਾ ਬੋਲ ਦਿੰਦੀਆਂ ਨੇ, ਬੁਰਾ ਲੱਗਦਾ ਕਦੇ ਕਦੇ ਵੀ ਐਂ ਕਿਉਂ, ਪਰ ਫਿਰ ਕਈ ਤਾਂ ਛੱਡ, ਹਾਂਜੀ ਵੀ ਅਸੀਂ ਕੀ ਕਰਨਾ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ, ਅਤੇ ਇਸ ਲਈ ਅਸੀਂ ਇਗਨੋਰ ਕਰ ਦੇਈਦਾ। ਬਿਲਕੁਲ, ਇਗਨੋਰੈਂਸ ਹੀ ਚਾਹੀਦੀ ਜਦ ਇੱਧਰ ਜਿੱਥੇ ਤੁਹਾਡਾ ਮਨ ਦੁਖਣ ਲੱਗ ਜਾਏ ਨਾ, ਉਹ ਚੀਜ਼ ਨੂੰ ਛੱਡ ਦੇਵਾਂਗੇ ਤਾਂ ਕਹਾਂਗੀ। ਅੱਛਾ ਨਾਜ਼ੀਆ, ਮੈਂ ਕਹਾਂਗੀ ਬਹੁਤ ਗੱਲਾਂ ਹੋ ਗਈਆਂ, ਦਰਸ਼ਕ ਵੀ ਦੇਖ ਰਹੇ ਨੇ, ਕਹਿਤਾ ਹੋਣਾ ਉਹਨਾਂ ਨੇ ਕੁੜੀਆਂ ਨੂੰ, ਕੁੜੀ ਨੇ ਕਹਿ ਤਾਂ ਦਿੱਤਾ ਕਿ ਕੁੜੀ ਗਾਉਂਦੀ ਆ ਪਰ ਸੁਣਾਇਆ ਹੈ ਨਹੀਂ ਕੁਛ ਅਜੇ ਤੱਕ, ਹੈ ਨਾ, ਸੁਣਾਓ ਫਿਰ ਕੁਛ।
तू ही ये मुझे को बता दे चाहूं मैं या ना, अपने तो दिल का पता दे चाहूं मैं या ना, मुझको ना जितना मुझ पे उतना इस दिल को तुझ पे होने लगा एतबार, फिर भी ये सोचा दिल ने अब जो लगा हूँ मिलने पूछो तुझे एक बार, हो तू ही ये मुझे को बता दे चाहूँ मैं या ना, अपने तो दिल का पता दे चाहूँ मैं या ना। क्या बात है, बहुत सोना बहुत सोना, इन्नी प्यारी आवाज़ है नाज़िया तो जिया। एक तो मैं नाज़िया तो जिया के बहुत कन्फ्यूज़ हो जाती हूँ, जो फोन पर भी गल कौन कर रहा यही नहीं पता हों ही आंदा ही पूछा कि कौन है भाई। अच्छा जी गल करिए स्टडी तो बाद दे की प्लान्स ने, की करना चाहते हो, की सपने ने थोड़े? दी मैं हजे स्टडी अगे करूँगी, सोच रही हूँ एम ए कर ला ते उस तो बाद जॉब करनी है। अच्छा जी, हाँ जी, कादी जॉब करनी है? देखो दी मैं फिर आई थिंक मैंने म्यूजिक दे बेस ते मिलती है। अच्छा। ते मैं कंप्यूटर कोर्स भी सीखूंगी। ठीक है, ते हुन ए ता देखो किच मिलती है जॉब। ओके नाज़िया थोड़ा? दीदी मैं भी अगे वैसे बी एड या फिर एम ए सोचा हुआ है, ते उस तो बाद जॉब तो देखते हैं किस बेस से लगेगी, क्योंकि कंप्यूटर कोर्स तो मैं भी करना बहुत शौक है। हाँ जी, बट मिल गई सानू ने सानू बहुत कोऑपरेट किया, सो हुण नहीं दिक्कत आती। अपना जिया तुसी किथे दे रहना ले हो? दी मैं तो इत्थे लोकल लुधियाना। हाँ जी, तुसी चल जाने उत्थे? हाँ जी, मैं इत्थों आना जाना करती हूँ। अच्छा, फिर नाज़िया तो कल्ली रहिंदी होएगी होस्टल च भी? नहीं, मेरे रूममेट्स हैगे ने। रूममेट्स जिहड़े ने ओह किवें दे ने फिर? ओह भी ब्लाइंड ही ने, क्योंकि मतलब इत्थे मतलब नॉर्मल वास्ते अलग रूम ने, ब्लाइंड नूं इक स्पैशली रूम दित्ता होया इन्हां ने। अच्छा, सो इसलिए। ठीक है। होर जिवें ना इक हुंदा सानू कुछ तुहाडे चाह होणगे, मैं पहला तो यह पुछांगी जिदा ब्लाइंड हो, बहुत दुख लगता है इस चीज़ का, पर इन्ने सारा टैलेंट तुहाडे कोल हैगा वा, पढ़ाई च किवें हो दोनों जाने? दी पढ़ाई जिदा असी ठीक हाँ, असी वधिया पढ़ लैंदे हाँ, ते असी टीचर्स भी वधिया समझ आ जांदे तुहानू? हाँ जी। दिक्कत पहला उधरले स्कूल च पढ़े हो इत्थे आ? नहीं नहीं, पढ़ाण दे वेले सानू कोई दिक्कत नहीं आती आई हैगी इत्थे, पर वैसे मतलब रास्ता वगैरह पता करने चे, ओ थोड़ा दिक्कत होंदी है। अच्छा मैं जरूर पूछना चाहवांगी नाज़िया ब्लाइंड जिवें शुरुआत तो ये चीज़ सीगी या हौली हौली? मैं 3 साल दी सी जदों ब्लाइंड हो गई सीगी। अच्छा, हाँ जी, पहला दिख रिया सीगा? हाँ जी, दिखदा सी। छोटा हुंदा उहनूं की पता हुंदा? हाँ जी। तेरा कोई इलाज हैगा? नहीं दीदी इलाज नहीं हैगा, मेरे पिछे ही आई साइड चली गई सी ना, ते उहदे करके नसा ब्लॉक हो चुकियां ने। ओके, हाँ जी। ਹੱਡਾ ਜੀਆ? ਦੀ ਮੈਂ ਪ੍ਰੀਮੇਚਰ ਹੋਈ ਸੀ ਅਤੇ ਜਿਸ ਕਾਰਨ ਮੈਂ ਵੀਕ ਸੀ ਕਾਫੀ, ਅਤੇ ਫਿਰ ਮੈਨੂੰ ਡਾਕਟਰ ਨੇ ਕਿਹਾ ਵੀ ਇਹਦੀ ਆਈਜ਼ ਦਾ ਓਪਰੇਸ਼ਨ ਹੋਏਗਾ, ਅਤੇ ਓਪਰੇਸ਼ਨ ਕਰਨ ਲਈ ਇਹਨਾਂ ਨੇ ਮਤਲਬ ਗਲਤੀ ਨਾਲ ਕਹਿਤਾ ਵੀ ਓਪਰੇਸ਼ਨ ਤਾਂ ਹੋਇਆ ਮੇਰਾ, ਪਰ ਇਹਨਾਂ ਨੇ ਕਿਹਾ ਵੀ ਤੁਹਾਡੀ ਆਈ ਸਾਈਡ ਚਲੀ ਗਈ ਹੈ। ਫਿਰ ਮੇਰਾ ਹਾਂਜੀ ਡਾਕਟਰ ਰੈਕਟੀਨਾ ਸ਼ਰਿੰਕ ਹੋ ਗਿਆ ਨਾ ਮੇਰਾ, ਫਿਰ ਇਹਦਾ ਹਜੇ ਤੱਕ ਤਾਂ ਇਲਾਜ ਹੈ ਨਹੀਂ ਕੋਈ ਵੀ। नहीं ते मैं इस चीज़ तो कहांगी कि क्यों ये चीज़ा वापर जांदी ने, बहुत दुख लगता खुद असं इंटरव्यू करन पहुँचते हैं, बहुत दुख लगता इस चीज़ का, पर फिर भी चलो जज्बा दोनों कुड़ियों के जीण का कि कुछ अगे वध रही ने। अच्छा फिर गेम की गल कर लिए, तो गेम के हूँ की प्लान है तुहाडे अगे दे? दीदी मेरा 2012, 2016, 2018 या मतलब जिम्मे भी आंदियां रहिंदियां सीगियां, मेरे मैडल आए ने, मेरे गोल्ड मैडल काफ़ी आ चुके ने, वैसे ज़्यादातर तो गोल्ड ही आए ने। 800 मीटर मैं लॉन्ग रेसिस ही वध करती हुंदी सीगी, 800, 400 मीटर चो मेरा हमेशा गोल्ड मैडल ही आया है। तो बाकी अगे दीदी लॉकडाउन लग गया सीगा, तो उहदे करके स्पोर्ट्स नहीं हुंदियां सीगियां,
तो देखते हैं शायद दिल्ली 2022 दिसंबर अगर हुई तो मैं पार्टिसिपेट जरूर करांगी। घरद कि प्राउड है? घरद बहुत प्राउड आ, बट पहला पहला उन्होंने लग्या सीगा भी नहीं शायद, कई बार होंगे ना पेरेंट्स यकीन नहीं करते बच्चे पर तो उन्होंने लगता भी नहीं, लेकिन फिर जो उन्होंने मेरी वीडियोज़ कुछ देखिया सगिया या मैं घर एक्टिविटीज़ कर दी देखते सके फिर उन्होंने लग्या भी हाँ ये कर सकती आ। बहुत ज़्यादा मेन मतलब बहुत हौसला उन्होंने तो मैं मिलया। हाँ जी होर चीज एक होंगे ना कि जो तुम 3 साल तो बाद निगाह जी घटन लग गई कि हौली हौली चली गई, थोड़ा बहुत दिखता है, थोड़ा बहुत पता लगता है कि कौन है या परछावा या ब्लर हो थोड़ा या कुछ नहीं? नहीं। ना जी हाँ दी मैनू लाइट ही दिखती है, बस मैं लाइट देख लूँगी, धुप च मैं अखा नहीं खोल पाती तो बस थोड़ी शैडो हल्की हल्की मतलब शैडो ही पता लगती है, यही पता लगता भी की अगे शैडो दिख जाती है। यानी कल नू अगर मतलब कोई आस पास हुंदा कोल हुंदा तो पता लग जाता कि कोई हैगा कोल है ना, ये चीज़ हो जाती है। चलो ठीक है फिर जाते जाते एक होर छोटा जहा गीत हो जाए, बहुत सुनी आवाज़ है मैं रह नहीं सकती बिना सुने, हूँ एक गीत हो जाए फिर जाने असि। तेरी नाल नाल रहके तेरे कोल कोल बैके, तेरी नाल नाल रहके तेरे कोल कोल बैके, गल्लां बदल गईयां ने सब मेरिया शीशा हो शीशा शीशा बन गईयां ने मेरा अखां तेरिया, हाय शीशा बन गईयां ने मेरा अखां तेरिया। क्या बात है जी, बहुत ही ज़्यादा खूबसूरत आवाज़ है थोड़ी। अच्छा जाते जाते दर्शकों को कहना चाहते हो, कोई मैसेज देना चाहते हो, कोई दिल च गल हो शेयर करनी हो, कुछ कहना चाहते हो? असी दी बस यही कहना चाहते हैं भी असी हुण कई देखते हैं ना भी जिवें कई जिहड़े कोई भी डिसेबल हुंदे आ, हुण असी डिसेबिलिटी अपनी मर्जी नाल थोड़ी लई है ना, तो सच्ची तो मतलब कुछ लोग सानू देख के ऐ रिएक्ट करते जिवें पता नहीं उन्होंने की देख लिया हुंदा है भी बई असी भी इंसान है ना, तो असी यही कहांगे भी प्लीज़ ऐ ना करया करो भी, या असी कहने भी इन्हों भी पता नहीं होंगे भी किसी ने कदे भी कुछ भी हो सकता है, ठीक है तो नाले सानू अपने आप तो अलग का तो समझते हो जबकि असी इको ही हाँ, हाँ बस कमी की असी देख नहीं सकते तो वह भी सानू कोई फर्क पैदा नहीं है जबकि क्योंकि असी ब्लाइंड हाँ है ना, असी सब कुछ कर सकते बस देख नहीं सकते की नहीं कर सकते असी। क्या बात है, तुम की कहना चाहोगे नाज़िया? मैं तो दर्शकों यही कहना चाहूँगी दीदी, वैसे कुछ तो इन्हें कह दिता तो बाकी कुछ जो मैं पेरेंट्स वगैरह होंगे ने जो अपने बच्चों डिसेबल समझते ने सो नहीं पढ़ा पाते सोचते भी पढ़ नहीं सकता या कुछ भी आ, सो उन्होंने भी पढ़ाना चाहिए है अपने बच्चों, क्योंकि अगर वो इंटरव्यूज वगैरह देखेंगे तो शायद उन्होंने होएगा कि हाँ मतलब साडा बच्चा भी कुछ अगे कर सकता है, कोई भी डिसेबल बच्चे घर ना रखन तो उन्होंने पढ़ने लिए जरूर पाउन ते अपनी सोच का बदलन। मैं कहांगी मतलब दोनों ने इन्नी अलग चीज़ कही है ना, मैं मतलब हैरान हो रही हूँ, अच्छी गल है बहुत चंगी चीज़ा, दर्शकों को पक्का लग्या होगा कि कुड़ियों तो बहुत ज़्यादा समझ आने, बहुत बहुत शुक्रिया गलबात करने लिए, बहुत चंगा लग्या थोड़े नाल मिल के। तो दर्शकों तुसी देखिया दोनों दोनों की सोच देखी, गल्लां बातें सुनिया कितनियां प्यारियां ने, एक तो एक प्यारा होना तो एक समझदार होना दोनों चीज़ा मैं कहनी इन्हां दोनों च हैगियां ने, जो उन्होंने चीज़ें कही उन्होंने शेयर जरूर कर दियो। देखो उन्होंने एक कहा कि लोग सानू वक्ख समझते हैं, क्यों वक्ख समझने, एक कहते असी भी तो इंसान ही हाँ एक देख ही नहीं सकते, गल्लां नू सोचा जाए तो एक फील आऊगा कि यार कुछ ना कुछ तो इन्हां नाल किसी ने ना इधर बिहेव किया ही होना। मैं कहांगी इधर दी चीज़ा जे तुसी कहने हो कि देखते हो या फिर आस पास हुंदियां नजर आंदियां उन्होंने एक बार कह दिया करो, समझाया करो कि आह चीज़ा ना, क्योंकि अगले नू फील हुंदा वा, वीडियो नू वध शेयर कर दियो, उम्मीद करती हाँ शेयर करोंगे तो दूजियां नू भी जरूर दिखाओगे। जिदा नाज़िया का कहना है कि पेरेंट्स अगर वीडियो देख रहे हैं इस तो ही सीख लैन कि नहीं डिसेबल परसन है जो कोई उन्हू नहीं घर बिठाना तो कम कर जरूर करवाना, कोई अगे बढ़ सकता एक देख ही नहीं सकता, सेम उही गल आ गई, वीडियो नू वध शेयर कर दियो, उम्मीद करती हूँ वीडियो चंगी लगी होएगी, बने रहो पंजाब न्यूज़ के साथ, धन्यवाद।